ਸਿੱਖ ਧਰਮ ਅਜਿਹਾ ਧਰਮ ਹੈ ਜਿੱਥੇ ਸਾਂਝੀਵਾਲਤਾ ਦਾ ਸੰਦੇਸ਼ ਮਿਲਦਾ ਹੈ। ਸ਼੍ਰੀ ਦਰਬਾਰ ਸਾਹਿਬ ਜਿਸ ਦੇ ਚਾਰ ਦਰਵਾਜ਼ੇ ਇਹੀ ਸੰਦੇਸ਼ ਦਿੰਦੇ ਨੇ ਕਿ ਗੁਰੂ ਘਰ 'ਚ ਕਿਸੇ ਵੀ ਜਾਤ ਪਾਤ, ਵੈਰ ਵਿਰੋਧ, ਊਚ ਨੀਚ ਅਤੇ ਧਰਮ ਦੇ ਆਧਾਰ 'ਤੇ ਕਿਸੇ ਨਾਲ ਕੋਈ ਵੀ ਵਿਤਕਰਾ ਨਹੀਂ ਹੋਵੇਗਾ। ਸਾਰੇ ਧਰਮਾਂ ਦੇ ਲੋਕਾਂ ਲਈ ਗੁਰੂ ਘਰ ਦੇ ਦਰਵਾਜ਼ੇ ਖੁੱਲ੍ਹੇ ਨੇ। ਕੋਈ ਵੀ ਕਦੇ ਵੀ ਗੁਰੂ ਘਰ ਆ ਸਕਦਾ ਹੈ। ਦੱਸ ਦਈਏ ਕਿ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦਾ ਨੀਂਹ ਪੱਥਰ 432 ਸਾਲ ਪਹਿਲਾਂ ਇਹ ਸੋਚ ਕੇ ਸੂਫੀ ਸੰਤ ਸਾਈ ਮੀਆਂ ਮੀਰ ਸਾਹਿਬ ਤੋਂ ਹੀ ਮਾਘੀ ਵਾਲੇ ਦਿਨ ਰਖਵਾਇਆ ਸੀ ਤਾਂ ਜੋ ਪੂਰੀ ਦੁਨੀਆ 'ਚ ਸਾਂਝੀਵਾਲਤਾ ਦਾ ਸੰਦੇਸ਼ ਪਹੁੰਚਾਇਆ ਜਾਵੇ ਅਤੇ ਸਾਰੀ ਸੰਗਤ ਗੁਰੂ ਘਰ ਆ ਕੇ ਸਿਜਦਾ ਕਰ ਸਕੇ। ਸਿੱਖ ਸੰਗਤਾਂ ਵੱਲੋਂ ਗੁਰੂ ਸਾਹਿਬਾਨਾਂ ਦਾ ਪ੍ਰਕਾਸ਼ ਦਿਹਾੜਾ ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਪਰ ਅਫਸੋਸ ਕਿ ਸਿੱਖ ਸੰਗਤਾਂ ਇਸ ਨੀਂਹ ਪੱਥਰ ਰੱਖਣ ਦੇ ਪਵਿੱਤਰ ਦਿਹਾੜੇ ਨੂੰ ਵਿਸਾਰ ਚੁੱਕੀਆਂ ਨੇ। ਉੱਥੇ ਹੀ ਹੁਣ 432 ਸਾਲ ਬਾਅਦ ਪਹਿਲੀ ਵਾਰ ਸਾਈਂ ਮੀਆਂ ਮੀਰ ਜੀ ਦੇ ਮੌਜੂਦਾ ਗੱਦੀ ਨਸ਼ੀਨ ਸਾਈਂ ਸੱਯਦ ਅਲੀ ਰਜ਼ਾ ਕਾਦਰੀ ਜੀ ਦੇ ਵੱਲੋਂ ਵੱਡੇ ਉਪਰਾਲੇ ਕੀਤੇ ਗਏ ਅਤੇ ਇਹਨਾਂ ਉਪਰਾਲਿਆਂ ਦੇ ਸਦਕਾ ਹੀ ਵੱਡੇ ਪੱਧਰ 'ਤੇ ਇਹ ਸ਼੍ਰੀ ਦਰਬਾਰ ਸਾਹਿਬ ਦਾ ਨੀਂਹ ਪੱਥਰ ਦਿਹਾੜਾ ਸੱਚਖੰਡ ਸ਼੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਦੀ ਪਵਿੱਤਰ ਧਰਤੀ 'ਤੇ ਮਨਾਇਆ ਗਿਆ। ਕਾਬਲੇ ਗੌਰ ਹੈ ਕਿ ਇਸ ਦਿਹਾੜੇ ਨੂੰ ਮਨਾਉਣ ਦੇ ਲਈ ਨਾਮੀ ਹਸਤੀਆਂ ਡੀਪੀ ਸਿੰਘ ਹਜੂਰ ਸਾਹਿਬ, ਰੁਪਿੰਦਰ ਸਿੰਘ ਸ਼ਾਮਪੁਰਾ, ਭਗਵਾਨ ਸਿੰਘ ਚੋਹਲ, ਗਿਆਨੀ ਕੁਵਾਲ ਸਿੰਘ ਪਟਨਾ ਸਾਹਿਬ, ਐਸਪੀ ਸਿੰਘ ਓਬਰਾਏ ਪਾਕਿਸਤਾਨ ਪਹੁੰਚੇ। ਉੱਥੇ ਹੀ 101 ਵਿਅਕਤੀਆਂ ਦਾ ਜਥਾ ਇਹਨਾਂ ਸਮਾਗਮਾਂ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਭਾਰਤ ਤੋਂ ਡੇਰਾ ਬਾਬਾ ਨਾਨਕ ਕੋਰੀਡੋਰ ਰਾਹੀਂ ਪਹੁੰਚਿਆ, ਜਿੱਥੇ ਜਥੇ ਦਾ ਗੁਲਾਬ ਦੇ ਫੁੱਲਾਂ ਨਾਲ ਭਰਮਾ ਸਵਾਗਤ ਕੀਤਾ ਗਿਆ। ਤੁਸੀਂ ਤਸਵੀਰਾਂ ਦੇ ਜ਼ਰੀਏ ਸਾਫ਼ ਵੇਖ ਸਕਦੇ ਹੋ ਕਿ ਸੰਗਤਾਂ ਦੇ ਚਿਹਰੇ 'ਤੇ ਕਿਸ ਕਦਰ ਖੁਸ਼ੀ ਛਾਈ ਹੋਈ ਹੈ। ਇਸ ਮੌਕੇ ਅਲੀ ਰਜ਼ਾ ਕਾਦਰੀ ਜੀ ਦਾ ਵੀ ਖਾਸ ਸਨਮਾਨ ਕੀਤਾ ਗਿਆ ਅਤੇ ਰਾਗੇ ਸਿੰਘਾਂ ਦੇ ਵੱਲੋਂ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਅਤੇ ਨਾਲ ਹੀ ਅਲੀ ਰਜ਼ਾ ਕਾਦਰੀ ਜੀ ਵੱਲੋਂ ਐਲਾਨ ਕੀਤਾ ਗਿਆ ਕਿ ਹਰ ਸਾਲ ਬਹੁਤ ਹੀ ਉਤਸ਼ਾਹ ਅਤੇ ਸ਼ਰਧਾ ਨਾਲ ਸ਼੍ਰੀ ਦਰਬਾਰ ਸਾਹਿਬ ਦਾ ਨੀਂਹ ਪੱਥਰ ਦਿਹਾੜਾ ਮਨਾਇਆ ਜਾਵੇਗਾ। ਉੱਥੇ ਹੀ ਡੀਪੀ ਸਿੰਘ ਹਜੂਰ ਸਾਹਿਬ ਦੇ ਵੱਲੋਂ ਸੰਗਤਾਂ ਨੂੰ ਸੰਬੋਧਨ ਕੀਤਾ ਗਿਆ ਅਤੇ ਨਾਲ ਹੀ ਅਲੀ ਰਜ਼ਾ ਕਾਦਰੀ ਜੀ ਦਾ ਧੰਨਵਾਦ ਵੀ ਕੀਤਾ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਤਖਤ ਸਾਹਿਬ ਸ੍ਰੀ ਹਜ਼ੂਰ ਸਾਹਿਬ ਦੇ ਜਥੇਦਾਰ ਬਾਬਾ ਭਗਵਾਨ ਸਿੰਘ ਜੀ, ਜਿਨ੍ਹਾਂ ਦੀ ਅੱਜ ਤੋਂ 21 ਸਾਲ ਦੀ ਇਹ ਜਥੇਦਾਰ ਦੇ ਤੌਰ 'ਤੇ ਸੇਵਾ ਹੋ ਰਹੀ ਹੈ, ਨਿਰੰਤਰ ਸੇਵਾ ਹੋ ਰਹੀ ਹੈ, ਉਹਨਾਂ ਵੱਲੋਂ ਪ੍ਰਧਾਨ ਸਾਹਿਬ ਭੁਪਿੰਦਰ ਸਿੰਘ ਜੀ ਮਿਨਹਾਸ, ਮੀਤ ਪ੍ਰਧਾਨ ਸਾਹਿਬ ਗੁਰਿੰਦਰ ਸਿੰਘ ਜੀ ਬਾਵਾ, ਬਾਕੀ ਬੋਰਡ ਮੈਂਬਰ ਸਾਹਿਬਾਨ ਵੱਲੋਂ, ਹਜ਼ੂਰੀ ਸਾਧ ਸੰਗਤ ਵੱਲੋਂ, ਸਟਾਫ ਵੱਲੋਂ, ਅੱਜ ਦਾ ਜੋ ਪ੍ਰੋਗਰਾਮ ਉਲੀਕਿਆ ਗਿਆ ਹੈ ਕਰਤਾਰਪੁਰ ਵਿਖੇ, ਇਹ ਸਾਰਾ ਸਰ ਰੁਪਿੰਦਰ ਸਿੰਘ ਜੀ, ਮਾਸਟਰ ਜੋਗਿੰਦਰ ਸਿੰਘ ਜੀ ਅਤੇ ਇਹਨਾਂ ਦੇ ਸਾਥੀਆਂ ਵੱਲੋਂ ਬਹੁਤ ਉਤਸ਼ਾਹ ਦੇ ਤੌਰ 'ਤੇ ਉਪਰਾਲਾ ਕੀਤਾ ਗਿਆ ਹੈ ਕਿ ਸੰਗਤ ਨੂੰ ਅਸੀਂ ਅੱਜ ਗੁਰੂ ਸਾਹਿਬ ਮੀਆਂ ਮੀਰ ਦਾ ਨੀਂਹ ਪੱਥਰ ਦਿਵਸ ਮਨਾਇਆ ਜਾ ਰਿਹਾ ਹੈ, ਉਹਦੇ 'ਚ ਭਾਗ ਲਈਏ। ਬੜਾ ਵਧੀਆ ਇਹਨਾਂ ਨੇ ਉਪਰਾਲਾ ਕਰਕੇ ਸੰਗਤਾਂ ਨੂੰ ਨਾਲ ਲੈ ਕੇ ਹੋਰ ਵੀ ਉਪਰਾਲੇ ਕੀਤੇ ਹਨ, ਜਿਹਦੇ ਨਾਲ ਪ੍ਰਚਾਰ ਦੇ ਵੱਲੋਂ ਇਹਨਾਂ ਦਾ ਨਗਰ ਕੀਰਤਨ ਦੇ ਤੌਰ 'ਤੇ ਜੋ ਜਾ ਰਹੇ ਹਨ ਉਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ, ਕਿਉਂਕਿ ਆਪਣਾ ਕੀਮਤੀ ਸਮਾਂ ਕੱਢ ਕੇ ਗੁਰੂ ਮਹਾਰਾਜ ਦੀ ਆਸ਼ੀਰਵਾਦ ਲੈਣ ਲਈ ਇਹ ਸਾਰੇ ਜਾ ਰਹੇ ਹਨ ਅਤੇ ਮਹਾਰਾਜ ਆਪ ਕਿਰਪਾ ਕਰੇਗਾ। ਜਨ ਸੰਗੁਰ ਏਕ ਪੈਂਡਾ ਜਾਇ ਚਲ, ਸਤਿਗੁਰ ਕੋਲ ਪੈਂਡਾ ਅੱਗੇ ਹੋਏ ਲੇਤ ਹੈ। ਇਹਦੇ 'ਚ ਸਾਬਕਾ ਜਥੇਦਾਰ ਸਾਹਿਬ ਇਕਬਾਲ ਸਿੰਘ ਜੀ ਉਹ ਵੀ ਭਾਗ ਕਿਰੇ ਲੈ ਰਹੇ ਹਨ, ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਹਾਂ ਅਤੇ ਅੱਗੋਂ ਵੀ ਜੋ ਇਹੋ ਜਿਹੇ ਪ੍ਰੋਗਰਾਮ ਹੋਣਗੇ ਉਹਨਾਂ ਵਿੱਚ ਵੀ ਮਹਾਰਾਜ ਕਿਰਪਾ ਕਰੇ, ਇਹ ਉਤਸ਼ਾਹ ਭਰੇ ਜੋ ਕਦਮ ਹਨ ਸਰ ਰੁਪਿੰਦਰ ਸਿੰਘ ਜੀ ਕਲਸੀ ਸਾਹਿਬ ਵੱਲੋਂ, ਮਾਸਟਰ ਜੋਗਿੰਦਰ ਸਿੰਘ ਜੀ ਵੱਲੋਂ, ਹੋਰ ਸਾਡੇ ਨਾਲ ਸਪੈਸ਼ਲ ਤੌਰ 'ਤੇ ਸਭ ਮੇਜਰ ਸਿੰਘ ਜੀ ਮੋਹਾਲੀ ਤੋਂ ਇਹ ਵੀ ਆਏ ਹੋਣ, ਜਿਹੜੇ ਵੀ ਪੱਤਰਕਾਰ ਪ੍ਰਾਨ ਇਹਨਾਂ ਦਾ ਵੀ ਮੈਂ ਅਜੀਤ ਤੋਂ ਹੋਰ ਵੀ ਜਿਨ੍ਹਾਂ ਦਿਨਾਂ ਦੇ, ਕਿਉਂਕਿ ਕਈਆਂ ਦੇ ਦਾਅਵਾ ਕਰਦਾ ਹਾਂ ਪੂਰੇ ਮੀਡੀਆ ਦਾ, ਕਿਉਂਕਿ ਅੱਗੇ ਵੀ ਇਹ ਤਖਤ ਸਾਹਿਬ ਸ੍ਰੀ ਹਜ਼ੂਰ ਸਾਹਿਬ ਦੇ ਲਈ ਬਹੁਤ ਉਪਰਾਲੇ ਕਰਦੇ ਹਨ। ਅੱਜ ਜੋ ਉੱਥੇ ਰੌਣਕਾਂ ਲੱਗੀਆਂ ਹਨ ਸੰਗਤਾਂ ਦੇ ਆਸ਼ੀਰਵਾਦ ਪ੍ਰਾਪਤ ਕਰਨ ਲਈ, ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ, ਕਿਉਂਕਿ ਬੈਂਕਾਕ ਪਿਛਲੇ ਤੋਂ ਪਿਛਲੇ ਮਹੀਨੇ 10-550 ਸਾਲਾਨਾ ਦੁਬਈ ਵੀ ਗਿਆ ਸੀ ਅਤੇ ਹੋਰ ਵੀ ਜਿੱਥੇ ਪ੍ਰੋਗਰਾਮ ਹੁੰਦੇ ਹਨ ਜਿੱਥੇ ਵੀ ਹਾਜ਼ਰੀ ਲੱਗਦੀ ਹੈ, ਦਾਸ ਇਹ ਬੇਨਤੀ ਕਰਦਾ ਹੈ ਕਿ ਤਖਤ ਸਾਹਿਬ ਸ੍ਰੀ ਹਜ਼ੂਰ ਸਾਹਿਬ ਆਓ, ਜਿਨ੍ਹਾਂ ਨੇ ਹੁਣ ਤੱਕ ਦਰਸ਼ਨ ਨਹੀਂ ਕਰੇ ਉਹਨਾਂ 'ਤੇ ਖਾਸ ਕਰ ਸਪੈਸ਼ਲ ਤੌਰ 'ਤੇ ਬੇਨਤੀ ਕੀਤੀ ਜਾਂਦੀ ਹੈ, ਕਿਉਂਕਿ ਗੁਰੂ
ਗੋਬਿੰਦ ਸਿੰਘ ਦੀ ਜੋ ਅਸੀਂ ਇਤਿਹਾਸ ਦੇ ਬਾਰੇ ਜਿਹਨਾਂ ਸਾਨੂੰ ਮਿਲੀ ਹੈ ਇਤਲਾਹ, ਇਹ 60 ਸਾਲ ਤੋਂ ਪਹਿਲਾਂ ਜ਼ਰੂਰ ਦਰਸ਼ਨ ਕਰਨੇ ਚਾਹੀਦੇ ਹਨ। ਮਹਾਰਾਜ ਆਸ਼ੀਰਵਾਦ ਦੇਣ ਲਈ ਤਤਪਰ ਹਨ। ਸਤਿਗੁਰ ਸਦਾ ਦਿਆਲ ਹੈ, ਭਾਈ ਬਿਨ ਪਾਕਾ ਕਿਆ ਪਾਈਏ, ਉਦਮ ਕਰੋ ਕਰਾਓ ਠਾਕਰ, ਕਿਉਂਕਿ ਉਦਮ ਕਰ ਆਨੰਦ ਪਿਆ ਸਿਮਰ ਸੁਖਸਾਰ, ਉਦਮ ਕਰਨਾ ਸਾਡਾ ਫਰਜ਼ ਹੈ। ਮਹਾਰਾਜ ਨੇ ਅੱਗੋਂ ਆਸ਼ੀਰਵਾਦ ਆਪੇ ਦੇਣਾ, ਸਾਡਾ ਉਪਰਾਲਾ ਕਰਨ ਦਾ ਫਰਜ਼ ਹੈ। ਇਸ ਲਈ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਵੱਧ ਤੋਂ ਵੱਧ ਆਪਾਂ ਉਦਮ ਕਰਕੇ ਗੁਰੂ ਮਹਾਰਾਜ ਦੇ ਦਰਸ਼ਨਾਂ ਲਈ ਆਪਣਾ ਉਪਰਾਲਾ ਕਰੀਏ, ਮਹਾਰਾਜ ਦਾ ਆਸ਼ੀਰਵਾਦ ਪ੍ਰਗਟ ਕਰੀਏ, ਤਾਂ ਜੋ ਸਾਡਾ ਪਰਿਵਾਰ ਸੁਖੀ ਹੋਵੇ, ਚੜ੍ਹਦੀਆਂ ਅੱਖਾਂ 'ਚ ਰਹੇ। ਇਹਨਾਂ ਸ਼ਬਦਾਂ ਨਾਲ ਫਿਰ ਦਾਸ ਤਹਿ ਦਿਲ ਤੋਂ ਧੰਨਵਾਦ ਕਰਦੇ ਹੋਏ ਇਹੀ ਮਹਾਰਾਜ ਅੱਗੇ ਅਰਦਾਸ ਕਰਾਂਗੇ ਕਿ ਅੱਜ ਦੀ ਜੋ ਯਾਤਰਾ ਹੈ ਉਹ ਬੜੀ ਫਰੂਟਫੁੱਲ ਹੋਵੇ। ਮਹਾਰਾਜ ਕਿਰਪਾ ਕਰੇ, ਗੁਰਬਾਣੀ ਦੇ ਪ੍ਰਚਾਰ ਪ੍ਰਸਾਰ ਇਸੇ ਤਰੀਕੇ ਨਾਲ ਨਿਰੰਤਰ ਚੱਲਦੇ ਰਹਿਣ, ਅਤੇ ਜੋ ਗੁਰੂ ਮਹਾਰਾਜ ਨੇ ਸਾਨੂੰ ਉਪਦੇਸ਼ ਦਿੱਤੇ ਹਨ ਉਹਨਾਂ 'ਤੇ ਅਸੀਂ ਅਮਲ ਕਰ ਸਕੀਏ। ਕਿਉਂਕਿ 550 ਸਾਲਾਂ ਨਾਲ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜੋ ਗੁਰਪੁਰਬ ਮਨਾਇਆ ਗਿਆ ਉਹਦੇ ਵਿੱਚ ਗੁਰੂ ਨਾਨਕ ਦੇਵ ਜੀ ਦੇ 3 ਉਪਦੇਸ਼ ਦਿੱਤੇ ਹਨ ਕਿ ਕਰੋ ਨਾਮ ਜਪੋ ਵਣ ਜਪੋ, ਉਹਨਾਂ 'ਤੇ ਵੀ ਅਸੀਂ ਅਸਰੀ ਪਹਿਰਾ ਦਈਏ ਅਤੇ ਮਹਾਰਾਜ ਦੇ ਆਸ਼ੀਰਵਾਦ ਕਰੀਏ, ਆਪਣੀ ਜੋ ਜਨਮ ਯਾਤਰਾ ਹੈ ਉਹਨੂੰ ਸਫਲ ਕਰੀਏ। ਇਹਨਾਂ ਸ਼ਬਦਾਂ ਨਾਲ ਫਿਰ ਗੁਰਦੁਆਰਾ ਬੋਰਡ ਵੱਲੋਂ, ਸਤਿਖੰਡ ਸ੍ਰੀ ਹਜ਼ੂਰ ਸਾਹਿਬ ਵੱਲੋਂ, ਸਰ ਭੁਪਿੰਦਰ ਸਿੰਘ ਮਨਾਸ, ਸਰ ਗੁਰਿੰਦਰ ਸਿੰਘ ਜੀ ਬਾਬਾ ਵੱਲੋਂ ਤਹਿ ਦਿਲ ਤੋਂ ਆਪ ਜੀ ਦਾ ਧੰਨਵਾਦ ਕਰਦੇ ਹਾਂ ਅਤੇ ਦਾਸ ਦੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।